सतगुर की, जिसनु मत आवे सो सतगुर माही समाना। एह वाणी जो जीओ जाने तिसे अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन माने, पर तख गुरु निस्तार। बाणी बिरलो विचार सी, जे को गुरमुख होए एह बाणी महापुरख की। निज कर वासा होए, तुखारी महला चौथा। नावन पूर्व अपीच गुर सत गुर दर्श पया, दुर्मत महल हरी अज्ञान अंधेर गया। गुर दर्श पाया अज्ञान गवाया, अंतर ज्योत परगासी। जन्म मरण दुख खिन मैं बिनसे, हर पाया प्रभ अविनाशी। हर आप करत है पुरब किया, सत गुरु कुल खेत नावन गया। नावन पुरब अपीच गुर सत गुर दर्श पया, मार्ग पंथ चले गुर सत गुर संग सिखा। आन दिन भगत बणी खिन खिन निमक विखा। हर हर भगत बणी प्रभ केरी, सब लोक वेखण आया।
दश सत गुरु कियाम तिन आप हर मेलाया तीरथ उद्यम सतगुरु किया सब लोक उदरण अर्था मार्ग पंथ चले गुर सतगुर संग सिखा तीरथ उद्यम सतगुरु किया सब लोक उदरण अर्था मार्ग पंथ चले गुर सतगुर संग सिखा वाहिगुरु जी का खालसा वाहिगुरु जी की फतेह। तुखारी राग अंदर चौथे पातशाह जी दे इस पावन शब्द दे चार पदे हैं। दो पदियां दी विचार भाई गुरलाल सिंह जी दमदमी टकसाल चौंक मेहता वाले आप जी नूं सरवण करवाउणगे। 3 तरीक कल शाम नूं बाबा जस्सा सिंह जी आडूवालिया जी दी 300 साल जन्म शताब्दी नूं समर्पित विशेष गुरमत समागम होणगे। शामी 7 बजे तो लैके रात 11:30 बजे तक 5 तरीक नूं कड़ा प्रसाद सेवक जथे वल्लों गुरु अमरदास पातशाह जी दे प्रकाश गुरपुरब मनाउण वास्ते विशेष गुरमत समागम शाम नूं 7 बजे तो लैके रात 11:30 बजे तक होणगे। सो 3 तरीक 5 तरीक आप जी ने सेवा करके हाजरियां भर के गुरु कियां बख्शिशां प्राप्त करनियां जी। वाहेगुरु जी का खालसा वाहेगुरु जी की फतेह। वाहेगुरु जी जे सौ चंदा उगव है सूरज चढ़ हजार इते चानन होंदिया गुर बिन कोर अंधार पूरा प्रब अराध्या पूरा जाका नाओ नानक पूरा पाया पूरे के गुण गाओ पूरन कबूना डोलता पूरा किया प्रभ आप दिन दिन चढ़ सवाया नानक होत न काट दिन दिन चढ़ सवाया नानक
ਹੋਤ ਨ ਕਾਟ ਮਹੱਲਾ ਚੌਥਾ ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਭਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਇਆ ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਭਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਬੈਠ ਕੇ ਬ੍ਰਹਿਮੰਡ ਦੇ ਮਾਲਕ ਦੀਨਾ ਬੰਧੂ ਨਿਰਗੁਣ ਸਰਗੁਣ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਤੋਂ ਨਿਤਨੇਮ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਉਪਰੰਤ ਚੱਲ ਰਹੀ ਲੜੀਵਾਰ ਅਲਾਹੀ ਬਾਣੀ ਅਗੰਮੀ ਬਾਣੀ ਤੁਰਕੀ ਬਾਣੀ ਦੀ ਕਥਾ ਤੁਖਾਰੀ ਰਾਗ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਪਾਵਨ ਪਵਿੱਤਰ ਸ਼ਬਦ ਅਤਿ ਸਤਿਕਾਰਯੋਗ ਸਤਿਗੁਰਾਂ ਦੇ ਦਰ ਘਰ ਦੇ ਵਜ਼ੀਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਪਾਸੋਂ ਸਰਵਣ ਕਰ ਰਹੇ ਸੀ। ਗੁਰਬਾਣੀ ਦੀ ਵਿਚਾਰ ਗੁਰਮਤ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਨੂੰ ਝੁਕਾਓ ਸੀਸ ਕਰੋ ਰਸਨਾ ਪਵਿੱਤਰ ਪਿਆਰ ਅਦਬ ਸਤਿਕਾਰ ਦੀ ਸਹਿਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਚੌਥਾ ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਭਇਆ ਤੁਖਾਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ ਹਨ।
ਨਾਵਨ ਨੰਨੇ ਨੂੰ ਕੰਨਾ, ਵਾਹਵਾ ਨਾਣੇ ਨੂੰ ਔਂਕੜ। ਵੈਸੇ ਜੀ ਆਪਾਂ ਇਸ ਸ਼ਬਦ ਨੂੰ ਪੜ੍ਹਾਂਗੇ ਤਾਂ ਪੜ੍ਹਿਆ ਜਾਵੇਗਾ ਨਾਵਨ, ਨੰਨੇ ਨੂੰ ਕੰਨਾ, ਵਾਹਵਾ ਨਾਣੇ ਔਂਕੜ, ਨਾਵਨ। ਨਾਵਣ ਦਾ ਅਰਥ ਨਾਮ, ਨੌ। ਆਪਾਂ ਕਹਿ ਦਿੰਦੇ ਹਾਂ ਤੇਰਾ ਨਾਮ ਕੀ ਆ, ਤੇਰਾ ਨਾਂ ਕੀ ਆ। ਪਰ ਇੱਥੇ ਜਿਹੜਾ ਇਹ ਸ਼ਬਦ ਹੈ ਨਾਵਣ ਕਿਉਂ ਬੋਲਿਆ ਗਿਆ, ਕਿਉਂਕਿ ਜਿਹੜੇ ਅਗਲੇ ਸ਼ਬਦ ਨੇ ਇਹ ਸਾਰਾ ਪਾਵਨ ਪਵਿੱਤਰ ਸ਼ਬਦ ਤੀਰਥ ਦੇ ਨਾਲ ਸੰਬੰਧਿਤ ਹੈ। ਆਪਾਂ ਕਹਿੰਦੇ ਹਾਂ ਨਹਾਉਣ ਜਾਣਾ, ਮੈਂ ਨਹਾ ਲਿਆ, ਮੈਂ ਨਹਾਵਣ ਕਰਕੇ ਆਇਆ। ਜਦੋਂ ਨਹਾਉਣਾ ਅਤੇ ਨਹਾਵਣ ਨਹਾ ਕੇ ਆਉਣਾ, ਉਸ ਵੇਲੇ ਸ਼ਬਦ ਥੋੜ੍ਹਾ ਜਿਹਾ ਭਾਰਾ ਕਰਕੇ ਬੋਲਣਾ ਨਹਾਵਣ। ਹੁਣ ਇੱਥੇ ਨਹਾਵਣ ਦਾ ਅਰਥ, ਕਿਉਂਕਿ ਜਿਸ ਤਰ੍ਹਾਂ ਦਾ ਪ੍ਰਕਰਨ ਆ ਨਾ ਉਸੇ ਤਰ੍ਹਾਂ ਦਾ ਅਰਥ ਕੀਤਾ ਜਾਂਦਾ ਹੈ। ਵਿਦਵਾਨ ਲੋਕ ਕਹਿੰਦੇ ਨੇ ਜਥਾ ਪ੍ਰਕਰਮੰ ਤਥਾ ਅਰਥੰ, ਜਿਹੋ ਜਿਹਾ ਪ੍ਰਕਰਮ ਆਉਂਦਾ ਉਹੋ ਜਿਹੇ ਅਰਥ ਕੀਤੇ ਜਾਂਦੇ ਨੇ। ਇਸੇ ਕਰਕੇ ਇਹ ਜਿਹੜਾ ਸ਼ਬਦ ਹੈ ਇਹ ਨਹਾਵਣ, ਅਤੇ ਨਹਾਵਣ ਤੋਂ ਅਰਥ ਨਹਾਉਣਾ। ਪੁਰਬ ਅਪੀਚ, ਹਿੰਦੂ ਧਰਮ ਦੇ ਵਿੱਚ, ਸਨਾਤਨ ਧਰਮ ਦੇ ਵਿੱਚ ਜਿਹੜਾ ਪੁਰਬ ਅਪੀਚ ਦਾ ਇਸ਼ਨਾਨ ਆ ਨਾ, ਇਹ ਉਸ ਦਿਨ ਦਾ ਮੰਨਿਆ ਗਿਆ ਪੁਰਾਤਨ ਸਮੇਂ ਤੋਂ ਵੀ ਜਦੋਂ ਕਿਸੇ ਵੈਰੀ ਨੂੰ ਜਿੱਤ ਕੇ ਆਉਣਾ, ਪੁਰਾਤਨ ਸਮੇਂ ਦੇ ਵਿੱਚ ਰਾਜੇ ਲੋਕ ਜੰਗ ਯੁੱਧ ਕਰਦੇ, ਉਹਨਾਂ ਦੇ ਮੁਤਾਬਕ ਜਦੋਂ ਉਹਨਾਂ ਨੇ ਜੰਗ ਜਿੱਤ ਕੇ ਆਉਣਾ ਅਤੇ ਪੰਡਿਤਾਂ ਨੇ ਕਹਿਣਾ ਵੀ ਤੁਸੀਂ ਹੁਣ ਪੁਰਬ ਅਭੀਚ ਦਾ ਇਸ਼ਨਾਨ ਕਰੋ। ਪੁਰਬ ਅਭੀਚ ਵੀ ਜੰਗ ਜਿੱਤ ਜਿੱਤਿਆ ਅਤੇ ਖਾਸ ਕਰਕੇ ਗੰਗਾ ਜਮੁਨਾ ਇਹਨਾਂ ਦੇ ਕੰਢਿਆਂ 'ਤੇ ਜਾ ਕੇ ਇਸ਼ਨਾਨ ਕਰਨਾ, ਜੋ ਉਹਨਾਂ ਦੀ ਕਿਰਿਆ ਉਹ ਇਸ਼ਨਾਨ ਕਰਕੇ ਕਿਰਿਆ ਸੰਪੂਰਨ ਕਰਨੀ। ਲੇਕਿਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਨਹਾਵਣ ਪੁਰਬ ਅਪੀਚ। ਹੁਣ ਸਾਡੇ ਲਈ ਦਰਸ਼ਨ ਕਿਹੜਾ ਹੈ, ਸਾਡੇ ਲਈ ਇਸ਼ਨਾਨ ਕਿਹੜਾ? ਗੁਰ ਸਤਿਗੁਰ ਦਰਸ ਭਾਇਆ, ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਸ਼ਰਧਾ ਦੇ ਨਾਲ, ਪ੍ਰੇਮ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਸੀਸ ਝੁਕਾਇਆ, ਦਰਸ਼ਨ ਕੀਤੇ, ਉਹ ਸਾਡਾ ਇੱਕ ਉੱਤਮ ਇਸ਼ਨਾਨ ਹੈ। ਹੁਣ ਤੀਰਥਾਂ 'ਤੇ ਇਸ਼ਨਾਨ ਕਰਨ ਦੇ ਲਈ ਲੋਕ ਜਾਂਦੇ ਨੇ। ਹਿੰਦੂ ਮਤ ਦੇ ਅਨੁਸਾਰ ਉਹ ਗੰਗਾ ਜਾਂਦੇ ਆ, ਜਮੁਨਾ ਜਾਂਦੇ ਨੇ, ਹਰਿਦੁਆਰ ਜਾਂਦੇ ਆ, ਤ੍ਰਿਵੇਣੀ ਦਾ ਇਸ਼ਨਾਨ ਕਰਦੇ ਨੇ, ਉਹਨਾਂ ਦੇ ਮਤ ਮੁਤਾਬਕ। ਲੇਕਿਨ ਗੁਰਮਤ ਦੇ ਮੁਤਾਬਕ ਜਿਹੜਾ ਇਸ਼ਨਾਨ ਹੈ, ਤੀਰਥਾਂ ਦਾ ਇਸ਼ਨਾਨ, ਇਹ ਗੁਰਧਾਮਾਂ 'ਤੇ ਜਾ ਕੇ
ਸਰੋਵਰਾਂ ਦਾ ਇਸ਼ਨਾਨ ਕਰਨਾ ਇਹ ਇੱਕ ਪਵਿੱਤਰ ਮੰਨਿਆ ਗਿਆ। ਹੁਣ ਕਈ ਵਾਰ ਇੱਥੇ ਮਨ ਵਿੱਚ ਸਵਾਲ ਉੱਠ ਖੜਦਾ, ਸਵਾਲ ਕਰਨ ਵਾਲੇ ਇਹ ਸਵਾਲ ਵੀ ਕਰ ਦਿੰਦੇ ਆ ਕਿ ਜੇ ਪੰਡਤਾਂ ਦੇ ਤੀਰਥ, ਬ੍ਰਾਹਮਣਾਂ ਦੇ ਤੀਰਥ, ਹਿੰਦੂ ਧਰਮ ਦੇ ਤੀਰਥ, ਉਹਨਾਂ ਤੀਰਥਾਂ ਦਾ ਗੁਰਬਾਣੀ ਨੇ ਖੰਡਨ ਕੀਤਾ ਅਤੇ ਜਿਹੜਾ ਗੁਰਧਾਮਾਂ 'ਤੇ ਜਾ ਕੇ ਇਸ਼ਨਾਨ ਕਰਨਾ ਹੈ ਤਾਂ ਇਹ ਵੀ ਤੀਰਥੀ ਆ ਨਾ, ਸੰਗਤ ਦੂਰ ਦੁਰਾਡਿਓਂ ਚੱਲ ਕੇ ਆਈ ਇੱਥੇ ਆ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਹਜ਼ੂਰ ਦੇ ਦਰਸ਼ਨ ਕੀਤੇ, ਉਪਰੰਤ ਜਿਹੜਾ ਬਾਹਰ ਅੰਮ੍ਰਿਤਮਈ ਜਲ ਹੈ ਉਹ ਸੰਗਤ ਛਕਦੀ ਹੈ, ਇਹ ਇੱਕ ਸ਼ਰਧਾ ਹੈ, ਇੱਕ ਪ੍ਰੇਮ ਹੈ, ਇੱਕ ਭਾਵਨਾ। ਪਰ ਕਈ ਇਸ ਗੱਲ 'ਤੇ ਸਵਾਲ ਕਰ ਦਿੰਦੇ ਆ ਕਿ ਬ੍ਰਾਹਮਣ ਲੋਕ, ਹਿੰਦੂ ਲੋਕ, ਹਿੰਦੂ ਲੋਕਾਂ ਦੇ ਤੀਰਥ, ਕਿਉਂਕਿ ਭਾਈ ਗੁਰਦਾਸ ਨੇ ਵੀ ਮੰਨਿਆ, ਉਹ ਕਹਿੰਦੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਹਿੰਦੂਆਂ ਦੇ ਜਿਹੜੇ ਵੱਡੇ ਤੀਰਥ ਆ ਉਹ ਗੰਗਾ, ਬਨਾਰਸ, ਹਰਿਦੁਆਰ, ਤ੍ਰਿਵੇਣੀ, ਜੇ ਉੱਥੇ ਉਹ ਇਸ਼ਨਾਨ ਕਰਨ ਜਾਂਦੇ ਆ ਤਾਂ ਗੁਰਬਾਣੀ ਨੇ ਖੰਡਨ ਕੀਤਾ, ਗੁਰਬਾਣੀ ਨੇ ਕਿਹਾ ਵੀ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ। ਫਿਰ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨਾ ਜਾਂ ਇੱਥੇ ਆਪਾਂ ਆਉਣੇ ਇੱਥੇ ਇਸ਼ਨਾਨ ਕਰਨਾ ਜਾਂ ਹਜ਼ੂਰ ਸਾਹਿਬ ਜਾਣਾ ਉੱਥੇ ਇਸ਼ਨਾਨ ਕਰਨਾ ਜਾਂ ਇਸ ਤੋਂ ਇਲਾਵਾ ਗੁਰਮੁਖ ਪਿਆਰਿਓ ਸ੍ਰੀ ਮੁਕਤਸਰ ਸਾਹਿਬ, ਫਤਿਹਗੜ੍ਹ ਸਾਹਿਬ, ਤਰਨ ਤਾਰਨ ਸਾਹਿਬ, ਸਾਰੀ ਸਿੱਖ ਸੰਗਤ ਉੱਥੇ ਜਾਂਦੀ ਆ, ਸ਼ਰਧਾ ਨਾਲ ਇਸ਼ਨਾਨ ਪਾਣੀ ਕਰਦੀ ਆ। ਇੱਥੇ ਸਵਾਲ ਕਰ ਦਿੰਦੇ ਆ ਪਰ ਉਹ ਇਸ਼ਨਾਨ ਕਿਉਂ ਜ਼ਰੂਰੀ ਅਤੇ ਹਿੰਦੂ ਧਰਮ ਦੇ ਇਸ਼ਨਾਨ ਦਾ ਖੰਡਨ ਕਿਉਂ? ਇਹ ਸਵਾਲ ਇੱਕ ਤਰਕਵਾਦੀ ਆ ਅਤੇ ਗਹਿਰਾ ਵੀ ਆ, ਸੋਚਣ ਵਾਲਾ ਵੀ ਆ ਗੰਭੀਰ ਦੇ ਨਾਲ। ਹੁਣ ਜੇ ਵਿਚਾਰ ਕੀਤੀ ਜਾਵੇ, ਮੈਂ ਕਈ ਵਾਰ ਬੇਨਤੀ ਕੀਤੀ ਆ ਕਿ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਪਾਵਨ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਉੱਥੇ ਪਾਵਨ ਪਵਿੱਤਰ ਸਰੋਵਰ, ਹੁਣ ਜਦੋਂ ਆਪਾਂ ਵਿਚਾਰ ਕਰਾਂਗੇ ਨਾ ਅਤੇ ਗੁਰਬਾਣੀ ਦੇ ਵਿੱਚੋਂ ਆਪਾਂ ਨੂੰ ਜਵਾਬ ਮਿਲ ਜਾਵੇਗਾ, ਐਸਾ ਕੁਛ ਵੀ ਨਹੀਂ ਕਿ ਜਿਹਦਾ ਆਪਾਂ ਨੂੰ ਜਵਾਬ ਗੁਰਬਾਣੀ ਵਿੱਚੋਂ ਨਾ ਮਿਲੇ, ਕਿਉਂਕਿ ਗੁਰਬਾਣੀ ਦਾ ਬਚਨ ਹੈ। ਮਹਾਰਾਜ ਕਹਿਣ ਲੱਗੇ, ਸ਼ਿਵ ਸ਼ਿਵ ਕਰਤਾ ਜੋ ਨਰ ਧਿਆਵੈ, ਬਰਦ ਚੜ੍ਹੈ ਡੌਰੂ ਟਮਕਾਵੈ, ਮਹਾ ਮਾਈ ਕੀ ਪੂਜਾ ਕਰੈ, ਨਰਸੈ ਹੋਏ ਨਾਰ ਔਤਰੈ। ਹੁਣ ਜਿਹੜੇ ਇਹ ਬਚਨ ਆ ਇਹ ਭਗਤ ਜੀ ਦੇ ਬਚਨ ਨੇ। ਭਗਤ ਜੀ ਦੇਵੀ ਦੀ ਪੂਜਾ ਕਰਦੇ ਸਨ, ਦੇਵੀ ਦੀ ਆਰਾਧਨਾ ਕਰਦੇ ਸਨ, ਗੁਰਬਾਣੀ ਦੇ ਬਚਨ ਨੇ। ਹੁਣ ਟੀਕਾ ਤੁਸੀਂ ਆਪੇ ਪੜ੍ਹ ਲਿਓ, ਚਾਹੇ ਅਮੀਰ ਭੰਡਾਰ ਪੜ੍ਹ ਲਿਓ, ਫਰੀਦਕੋਟੀਆਂ ਦਾ ਟੀਕਾ ਉਹ ਪੜ੍ਹ ਲਿਓ, ਜਾਂ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਉਹ ਪੜ੍ਹ ਲਿਓ, ਦਾਸ ਨੇ ਪੜ੍ਹਿਆ ਚੰਗੀ ਤਰ੍ਹਾਂ, ਇਹ ਸ਼ਬਦ ਨੂੰ ਵਾਚਿਆ ਵਿਚਾਰਿਆ। ਇਹਨਾਂ ਤਿੰਨਾਂ ਵਿਦਵਾਨਾਂ ਨੇ ਜਿਨ੍ਹਾਂ ਨੇ ਇਹ ਟੀਕਾ ਕੀਤਾ ਉਹਨਾਂ ਨੇ ਇਹੀ ਅਰਥ ਕੀਤਾ, ਗਿਆਨੀ ਗਿਆਨ ਸਿੰਘ ਜੀ, ਗਿਆਨੀ ਕਾਹਨ ਸਿੰਘ ਨਾਭਾ ਜੀ, ਕਵੀ ਸੰਤੋਖ ਸਿੰਘ ਜੀ, ਉਹਨਾਂ ਦਾ ਇਤਿਹਾਸ, ਉਹਦੇ ਵਿੱਚ ਵੀ ਤਕਰੀਬਨ ਇਹੀ ਅਰਥ ਆਉਂਦੇ ਨੇ। ਤੂੰ ਕਹੀਅਤ ਹੈ ਆਦਿ ਭਵਾਨੀ, ਮੁਕਤੀ ਕੀ ਬਰੀਆ ਕਾਹੇ ਛਪਾਨੀ। ਜਦੋਂ ਭਗਤ ਜੀ ਨੇ ਦੇਵੀ ਦੀ ਆਰਾਧਨਾ ਕੀਤੀ, ਕਿਉਂਕਿ ਇਹਨਾਂ ਦੀ ਆਰਾਧਨਾ
ਹਿੰਦੂ ਧਰਮ ਦੇ ਵਿੱਚ ਕੀਤੀ ਜਾਂਦੀ ਆ ਉਹ ਕਰਦੇ ਨੇ ਉਹਨਾਂ ਦੇ ਲਈ ਇਹ ਮੁਬਾਰਕ, ਆਪਾਂ ਖੰਡਨ ਕਿਉਂ ਕਰੀਏ? ਉਹ ਕਰਦੇ ਨੇ, ਕਰੀ ਜਾਣ ਦਿਓ। ਦੇਵੀ ਦੀ ਆਰਾਧਨਾ ਕੀਤੀ ਭਗਤ ਜੀ ਨੇ, ਦੇਵੀ ਪ੍ਰਗਟ ਹੋਈ। ਕਹਿਣ ਲੱਗੀ, ਭਗਤਾ ਮੰਗ ਕੀ ਮੰਗਣਾ, ਤੇਰੀ ਮੰਗ ਕੀ ਆ? ਭਗਤ ਜੀ ਕਹਿਣ ਲੱਗੇ ਵੀ ਮੰਗ ਇੱਕੋ ਹੀ ਆ, ਮੈਂ ਚਾਹੁੰਦੀ ਆ ਕਿ ਮੈਨੂੰ ਮੁਕਤੀ ਦਿਓ। ਜਦੋਂ ਮੁਕਤੀ ਦੀ ਗੱਲ ਆਈ ਤਾਂ ਦੇਵੀ ਅਲੋਪ ਹੋ ਗਏ, ਆਕਾਸ਼ਬਾਣੀ ਹੋਈ। ਦੇਵੀ ਕਹਿਣ ਲੱਗੀ, ਕਹਿੰਦੀ ਭਗਤਾ ਧਨ ਮੰਗ ਲੈ, ਦੌਲਤ ਮੰਗ ਲੈ, ਮਾਇਆ ਮੰਗ ਲੈ, ਸੰਸਾਰ ਦੀ ਵਡਿਆਈ ਸੋਭਾ ਮੰਗ ਲੈ, ਜੋ ਤੂੰ ਮੰਗਣਾ ਉਹ ਮੈਂ ਦੇ ਦੇਵਾਂਗੀ। ਕਿਉਂਕਿ ਜਦੋਂ ਗੁਰੂ ਨਾਨਕ ਦੇ ਮਹਾਰਾਜ ਦੀ ਵਿਚਾਰ ਗੋਸ਼ਟ ਸਿੱਧਾ ਨਾਲ ਹੋਈ ਆ, ਤਾਂ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਸਿੱਧੂ ਤੁਸੀਂ ਕਿੱਥੋਂ ਕੁ ਤੱਕ ਪਹੁੰਚੇ ਹੋ? ਇਹ ਵੀ ਪੜਾਅ ਹੁੰਦੇ ਨੇ, ਇਹ ਸੱਚ ਜੇ ਜਿਹੜੇ ਗੁਰਮੁਖ ਪਿਆਰੇ ਅਭਿਆਸ ਕਰਦੇ ਨੇ, ਨਾਮ ਬਾਣੀ ਦਾ ਸਿਮਰਨ ਕਰਦੇ ਨੇ, ਜਪਦੇ ਨੇ, ਇਹ ਪੜਾਅ ਟੂ ਪੜਾਅ ਫਿਰ ਕੰਮ ਸਾਰਾ ਚੱਲਦਾ। ਕਿ ਜਿਵੇਂ ਵਿਦਵਾਨਾਂ ਨੇ, ਦਾਸ ਇੱਕ ਗ੍ਰੰਥ ਪੜ੍ਹ ਰਿਹਾ ਸੀ ਵਿਚਾਰ ਮਾਲਾ, ਇਹ ਪੜ੍ਹਾਉਂਦੇ ਨੇ ਉਸਤਾਦ ਲੋਕ, ਉਹਦੇ ਵਿੱਚ ਜੀਵਨ ਦੀਆਂ 7 ਭੂਮਿਕਾ ਮੰਨੀਆਂ ਗਈਆਂ। ਪਹਿਲੀ, ਸ਼ੁਭ ਇੱਛਾ, ਸ਼ੁਭ ਵਿਚਾਰਨਾ, ਤਨੂ ਮਾਨਸਾ, ਅਸੰਗ ਸਕਤ, ਫਿਰ ਪਦਾਰਥ ਭਾਵਨੀ, ਤੁਰੀ ਅਵਸਥਾ। ਜੇ ਮੈਂ ਵਿਆਖਿਆ ਕਰਾਂ ਤਾਂ ਸਮਾਂ ਕਾਫੀ ਚਾਹੀਦਾ। ਹੁਣ ਜਿਹੜੀ ਪਹਿਲੀ ਆ ਸ਼ੁਭ ਇੱਛਾ, ਬੰਦਾ ਬਹੁਤ ਸਮਾਂ ਮਾੜੇ ਕੰਮ ਕਰਦਾ, ਮਾੜੇ ਕਰਮ ਕਰਦਾ, ਅਤੇ ਗੁਰਬਾਣੀ ਨੇ ਇਸੇ ਕਰਕੇ ਜ਼ੋਰ ਪਾਇਆ ਕਿ ਸਤ ਸੰਗਤ ਕਰ। ਹਿੰਦੂ ਧਰਮ ਦੇ ਗ੍ਰੰਥ ਪੜ੍ਹ ਲਵੋ, ਇਸਲਾਮ ਧਰਮ ਦੇ ਗ੍ਰੰਥ ਪੜ੍ਹ ਲਵੋ, ਜੈਨ ਧਰਮ, ਬੁੱਧ ਧਰਮ ਦੇ ਗ੍ਰੰਥ ਪੜ੍ਹ ਲਵੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਲਵੋ। ਸਾਰੇ ਸਤਿਕਾਰਯੋਗ ਧਾਰਮਿਕ ਗ੍ਰੰਥਾਂ ਨੇ ਇੱਕੋ ਹੀ ਗੱਲ ਕਹੀ ਆ, ਬਾਣੀ ਪੜ੍ਹੋ, ਨਾਮ ਜਪੋ, ਔਰ ਸਤ ਸੰਗਤ ਕਰੋ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾਂ। ਸਾਰੇ ਕਰਮਾਂ ਤੋਂ ਵੱਡੀ, ਸਾਰੇ ਕਰਮਾਂ ਤੋਂ ਵੱਡਾ ਜਿਹੜਾ ਕਰਮ ਹੈ ਉਹ ਸਤ ਸੰਗਤ ਹੈ। ਨੋਟ ਕਰਿਓ, ਉਹ ਸਾਧ ਸੰਗਤ ਹੈ। ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਅਵਰ ਕਾਜ ਤਿਰਕਿਤ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਸਤ ਸੰਗਤ 'ਤੇ ਜ਼ੋਰ ਕਿਉਂ ਦਿੱਤਾ ਜਾਂਦਾ? ਕਿਉਂਕਿ ਜਿਹੜੀ ਸਤ ਸੰਗਤ ਹੈ, ਸਾਧ ਸੰਗਤ ਆ, ਇੱਥੇ ਆ ਕੇ ਅਸੀਂ ਸ਼ੁਭ ਗੁਣਾਂ ਨੂੰ ਆਪਣੇ ਕੰਨਾਂ ਦੇ ਰਾਹੀਂ ਸਰਵਣ ਕਰਾਂਗੇ, ਸ਼ੁਭ ਮਾਰਗ 'ਤੇ ਤੁਰ ਪਾਵਾਂਗੇ। ਇਸੇ ਕਰਕੇ ਸਤ ਸੰਗਤ 'ਤੇ ਜ਼ੋਰ ਦਿੱਤਾ ਗੁਰਬਾਣੀ ਨੇ, ਧਾਰਮਿਕ ਗ੍ਰੰਥਾਂ ਨੇ। ਹੁਣ ਬੰਦਾ ਜਿਹੜਾ ਬੰਦਾ ਹੈ, ਬੰਦੇ ਦੀ ਉਮਰ 80 ਸਾਲ, 90 ਸਾਲ, 70 ਸਾਲ, 60 ਸਾਲ, 100 ਸਾਲ, ਉਹ ਜਿਸ ਤਰ੍ਹਾਂ ਵੀ ਵਾਹਿਗੁਰੂ ਅਕਾਲ ਪੁਰਖ ਵਿਧਾਤਾ ਪੁਰਖ ਨੇ ਲਿਖੀ ਆ, ਉਸੇ ਤਰ੍ਹਾਂ ਮਨੁੱਖ ਉਮਰ ਭੋਗਦਾ। ਪਰ ਇੱਕ ਗੱਲ ਨੋਟ ਰੱਖਿਓ, ਇਹ ਮਾਰਗ ਬੜਾ ਲੰਮਾ। ਸ਼ੁਭ ਇੱਛਾ, ਕਈ ਵਾਰ ਕਈ ਕਈ ਜਨਮ ਮਾੜੇ ਕਰਮਾਂ ਦੇ ਵਿੱਚ ਬੀਤ ਜਾਂਦੇ ਨੇ। ਜਿਵੇਂ ਭਗਤ ਰਵਿਦਾਸ ਜੀ ਦੇ ਬਚਨ ਆ, ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਰ ਭਇਓ ਦਰਸ਼ਨ ਦੇਖੇ। ਕਈ ਕਈ ਜਨਮ ਮਾੜੇ ਕੰਮਾਂ ਵਿੱਚ ਬਤੀਤ ਹੋ ਜਾਂਦੇ ਆ, ਕਈ ਕਈ ਜਨਮ। ਹੁਣ ਸ਼ੁਭ ਇੱਛਾ ਜਿਹੜੀ ਪ੍ਰਗਟ ਹੋਣੀ ਅੰਦਰ, ਪਹਿਲੀ ਮੈਂ ਕਹਿ ਲਵਾਂ, ਪਹਿਲੇ ਡੰਡੇ 'ਤੇ ਪੈਰ ਰੱਖਣਾ ਸ਼ੁਭ ਇੱਛਾ, ਇਹ ਬਹੁਤ ਵਿਰਲੇ ਗੁਰਮੁਖ ਪਿਆਰੇ ਆ ਜਿਨ੍ਹਾਂ ਦੇ ਅੰਦਰ ਇਹ ਸ਼ੁਭ ਇੱਛਾ ਪੈਦਾ ਹੁੰਦੀ ਆ। ਇੱਕ ਫੁਰਨਾ ਮਨ ਦਾ ਉੱਠਣਾ,
ਉਹਨੂੰ ਕਹਿੰਦੇ ਆ ਸ਼ੁਭ ਇੱਛਾ। ਜਿਸ ਤਰ੍ਹਾਂ ਤੁਸੀਂ ਇੱਛਾ ਮਨ ਵਿੱਚ ਫੁਰਨਾ ਕਰ ਲਿਆ ਕਿ ਮੈਂ ਗੁਰਦੁਆਰਾ ਸਾਹਿਬ ਜਾਵਾਂ, ਮੈਂ ਅੰਮ੍ਰਿਤ ਛਕਾਂ, ਮੈਂ ਸਤਸੰਗਤ ਕਰਾਂ, ਮੈਂ ਬਾਣੀ ਪੜ੍ਹਾਂ, ਸ਼ੁਭ ਇੱਛਾ ਤੋਂ ਬਾਅਦ ਸ਼ੁਭ ਵਿਚਾਰ ਚੱਲਦੀ ਹੈ। ਇੱਕ ਮਾੜੀ ਵਿਚਾਰ ਚੱਲਦੀ ਹੈ, ਇੱਕ ਚੰਗੀ ਵਿਚਾਰ ਚੱਲਦੀ ਹੈ, ਇਹ ਲੰਮੀ ਵਿਆਖਿਆ। ਸ਼ੁਭ ਵਿਚਾਰ ਤੋਂ ਬਾਅਦ ਤਨੂ ਮਾਨਸਾ, ਉਹ ਵਿਚਾਰ ਚਿਤਵਨੀ ਦਾ ਰੂਪ ਲੈ ਜਾਂਦੀ ਹੈ। ਫਿਰ ਅੰਦਰ ਵਿਚਾਰ ਗਹਿਰਾਈ ਦੇ ਨਾਲ ਗਹਿਰੇ ਰੂਪ ਦੇ ਵਿੱਚ ਅੰਦਰ ਉਤਰ ਜਾਂਦੀ ਹੈ। ਉਹ ਜਿਹੜੀ ਸ਼ੁਭ ਇੱਛਾ ਤੋਂ ਸ਼ੁਭ ਵਿਚਾਰ ਗਹਿਰਾਈ ਵਿੱਚ ਜਾਂਦੀ ਹੈ, ਫਿਰ ਤਨੂ ਮਾਨਸਾ ਵਾਲੀ ਅਵਸਥਾ ਪ੍ਰਾਪਤ ਹੁੰਦੀ ਆ। ਮੇਰਾ ਸਰੀਰ, ਮੇਰੀ ਕਾਇਆ, ਮੇਰਾ ਤਨ, ਇਹ ਸਭ ਕੁਝ ਝੂਠਾ ਜੇ। ਮੇਰਾ ਪਰਿਵਾਰ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਫਿਰ ਗੁਰਬਾਣੀ ਨਾਲ ਲਗਾਓ ਪ੍ਰੀਤੀ, ਸ਼ੁਭ ਕਰਮਾਂ ਦੇ ਨਾਲ ਲਗਾਓ ਪ੍ਰੀਤੀ ਵਧਣੀ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਅਸੰਸਕਤ ਸਰੀਰ ਦਾ, ਤਨ ਦਾ ਹੰਕਾਰ ਮਰਨਾ ਸ਼ੁਰੂ ਹੋ ਜਾਂਦਾ। ਫਿਰ ਪਦਾਰਥ ਭਾਵਨੀ ਪੰਜਵੀਂ ਅਵਸਥਾ, ਇਹ ਪਦਾਰਥ, ਇਹ ਸੰਸਾਰ ਸਾਰਾ ਇੱਕ ਝੂਠਾ ਜਿਹਾ ਪ੍ਰਤੀਤ ਹੁੰਦਾ। ਉਦਾਸ ਚਿੱਤ, ਉਹਦਾ ਪਲਸ ਆਸ, ਸੰਸਾਰ ਤੋਂ ਆਸ ਉੱਪਰ ਉੱਠ ਜਾਂਦੀ ਹੈ। ਫਿਰ ਤੁਰੀਆ ਅਵਸਥਾ, ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਏ। ਹੁਣ ਇਹ ਸੱਤ ਅਵਸਥਾਵਾਂ ਦੀ ਜਿਹੜੀ ਵਿਆਖਿਆ, ਉਹ ਤੇ ਕਹਿਣ ਮਾਤਰ ਦਾਸ ਨੇ ਥੋੜੇ ਸ਼ਬਦਾਂ ਦੇ ਵਿੱਚ ਹੀ ਕਥਨ ਕਰ ਦਿੱਤਾ, ਪਰ ਇਹ ਮਾਰਗ ਕਈ ਕਈ ਜਨਮ ਬਤੀਤ ਹੋ ਜਾਂਦੇ ਨੇ, ਸਮਾਂ ਬੜਾ ਲੱਗ ਜਾਂਦਾ, ਕਈ ਕਈ ਜਨਮ। ਹੁਣ ਮਹਾਰਾਜ ਕਹਿਣ ਲੱਗੇ ਨਾਮਨ ਪੁਰਬ ਅਪੀਚ। ਹੁਣ ਜਿਹੜਾ ਅੰਦਰ ਗੁਰੂ ਕੇ ਪਿਆਰਿਓ ਸ਼ੁਭ ਇੱਛਾ ਪੈਦਾ ਹੋਈ ਹੈ ਕਿ ਮੈਂ ਸ਼ੁਭ ਕਰਮ ਕਰਾਂ, ਚੰਗੇ ਕਰਮ ਕਰਾਂ, ਮਾੜੇ ਕਰਮ ਜਿਹੜੇ ਆ ਉਹ ਛੱਡ ਦੇਵਾਂ, ਮਾੜੇ ਕਰਮਾਂ ਦਾ ਤਿਆਗ ਕਰ ਦੇਵਾਂ, ਇਹ ਇੱਕ ਸ਼ੁਭ ਇੱਛਾ ਪੈਦਾ ਹੋ ਗਈ, ਸ਼ੁਭ ਇੱਛਾ ਸਾਡੇ ਅੰਦਰ ਬਣ ਗਈ। ਹੁਣ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਜਿਹੜਾ ਸਰੋਵਰ ਹੈ, ਆਪਾਂ ਬਚਨ ਪੜ੍ਹੇ ਆ ਨਾ ਕਿ ਇੱਕ ਪਾਸੇ ਹਿੰਦੂ ਵੀਰਾਂ ਦੇ ਤੀਰਥ ਇਸ਼ਨਾਨ, ਉਹਨਾਂ ਦਾ ਗੁਰਬਾਣੀ ਨੇ ਖੰਡਨ ਕੀਤਾ, ਇੱਕ ਪਾਸੇ ਸਿੱਖ ਧਰਮ ਦੇ ਵਿੱਚ ਜਿੰਨੇ ਵੀ ਤੀਰਥ ਇਸ਼ਨਾਨ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਫਿਰ ਉਹਨਾਂ ਦਾ ਵੀ ਖੰਡਨ ਹੋਵੇਗਾ? ਨਹੀਂ, ਕਿਉਂ ਭਲਾ? ਕਿਉਂਕਿ ਗੁਰਬਾਣੀ ਦੇ ਬਚਨ ਆ। ਭਗਤ ਜੀ ਕਹਿਣ ਲੱਗੇ, ਤੂੰ ਕਹੀ ਅਤ ਹੈ ਆਦ ਭਵਾਨੀ, ਮੁਕਤੀ ਕੀ ਬਰੀਆ ਕਾਹੇ ਛਪਾਨੀ। ਕਿਉਂਕਿ ਲੰਮਾ ਮਾਰਗ ਹੈ, ਜਿਹੜੇ ਨਾਮ ਅਭਿਆਸ ਕਰਦੇ ਨੇ, ਰੱਬ ਦੀ ਬੰਦਗੀ ਕਰਦੇ ਨੇ, ਉਹਨਾਂ ਨੂੰ ਸਾਰਾ ਕੁਝ ਇਸ ਗੱਲ ਦਾ ਪਤਾ ਲੱਗ ਜਾਂਦਾ। ਗੁਰੂ ਨਾਨਕ ਦੇ ਮਰਜ ਕਹਿਣ ਲੱਗੇ, ਸਿੱਧੂ ਕਿੱਥੋਂ ਕੁ ਤੱਕ ਪਹੁੰਚੇ ਹੋ? ਇਹ ਵੀ ਮੰਜ਼ਲਾਂ ਨੇ, ਇਹ ਮੰਜ਼ਲਾਂ ਨੇ। ਜਿਵੇਂ ਸ਼ੁਭ ਇੱਛਾ ਤੋਂ ਬੰਦਾ ਅੰਮ੍ਰਿਤਧਾਰੀ ਹੋ ਗਿਆ, ਅੰਮ੍ਰਿਤਧਾਰੀ ਤੋਂ ਮਾੜੇ ਕਰਮ ਛੱਡ ਦਿੱਤੇ, ਫਿਰ ਮਾਲਾ ਫੜ ਲਈ, ਫਿਰ ਨਾਮ ਅਭਿਆਸ ਕਰਨ ਲੱਗ ਪਿਆ, ਗੁਰੂ ਘਰ ਨਾਲ ਜੁੜ ਗਿਆ। ਇਹ ਆਪਾਂ ਅੱਗੇ ਨੂੰ ਜਾ ਰਹੇ ਹਾਂ ਰੱਬ ਦੇ ਮਾਰਗ ਤੇ, ਅਗਾਹਾਂ ਕੁ ਤਰਾਗ, ਅੱਗੇ ਨੂੰ ਚੱਲ ਰਹੇ ਹਾਂ ਨਾ, ਰੱਬ ਦੇ ਮਾਰਗ ਵੱਲ ਚੱਲ ਰਹੇ ਹਾਂ। ਪਰ ਮਾਰਗ, ਮਸਕੀਨ ਸਾਹਿਬ ਵੀ ਕਥਨ ਕਰਦੇ ਹੁੰਦੇ ਸੀ, ਮਾਰਗ ਬਹੁਤ ਲੰਮਾ, ਜੱਗ ਮੈਂ ਉੱਤਮ ਕਾਢੀ ਹੈ ਵਿਰਲੇ ਕਹੀ ਕਿ। ਸਾਡੀ ਗਲਤੀ ਇਹੀ ਆ। ਹੁਣ ਸਾਡੀ ਗਲਤੀ ਕੀ ਆ? ਅਸੀਂ ਕਹਿੰਦੇ ਹਾਂ ਵੀ ਤਲੀ ਤੇ ਸਰੋਂ ਜਮਾ ਕੇ ਦਿਖਾ, ਇੱਦਾਂ ਦਿਖਾ ਦੇ, ਬੱਤ ਨਹੀਂ ਅਸਮਾਨ ਗਰਾਵੈ। ਹੁਣ ਕਮ ਸੇ ਕਮ ਐਮ ਏ ਬੀ ਏ ਕਰਨ ਦੇ ਲਈ ਵੀ ਘੱਟੋ ਘੱਟ 15 ਸਾਲ ਲੱਗਦੇ ਨੇ। ਇਹ ਤੇ ਬ੍ਰਹਿਮੰਡ ਦਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੂਜੈ ਸੋ ਪਾਵੈ, ਬ੍ਰਹਿਮੰਡ ਵਿੱਚ ਅਭੇਦ ਹੋਣਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਕੈਬੇ ਕੋ ਸੋਭਾ ਨੀ ਦੇਖਾ ਹੀ ਪ੍ਰਵਾਨ। ਹੁਣ ਇਹ ਬਚਨ ਜਿਹੜੇ ਦਾਸ ਨੇ ਪੜ੍ਹੇ ਆ, ਕੈਬੇ ਕੋ ਸੋਭਾ ਨੀ ਦੇਖਾ ਹੀ ਪ੍ਰਵਾਨ ਆ, ਇਹ ਕੀ ਆਪਾਂ ਸਾਰਿਆਂ ਨੂੰ ਇਹ ਅਵਸਥਾ ਮਿਲ ਗਈ? ਨਹੀਂ, ਛੇਤੀ ਮਿਲਦੀ ਨਹੀਂ, ਅਭਿਆਸ ਬਹੁਤ ਜ਼ਿਆਦਾ ਕਰਨਾ ਪੈਂਦਾ, ਬੜਾ ਜਪ ਤਪ ਬੰਦਗੀ ਸਿਮਰਨ ਚਾਹੀਦਾ ਇਹਦੇ ਲਈ, ਔਗਣਾਂ ਦਾ ਤਿਆਗ, ਲੰਮੀ ਯਾਤਰਾ ਨਾ, ਇਹ ਪੜਾਅ ਹੁੰਦੇ ਆ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ, ਸਿੱਧੂ ਕਿੱਥੋਂ ਕੁ ਤੱਕ ਪਹੁੰਚੇ ਆ? ਕਹਿੰਦੇ ਜੀ, ਸਾਨੂੰ ਦੇਵੀ ਦੇਵਤਿਆਂ ਦੇ ਦਰਸ਼ਨ ਹੋ ਜਾਂਦੇ ਆ,
ਮਹਾਰਾਜ ਕਹਿੰਦੇ ਇੱਥੇ ਹੀ ਰੁਕ ਗਏ, ਕਹਿੰਦੇ ਓਮ ਦਾ ਜਾਪ ਕਰਦੇ ਹਾਂ। ਮਹਾਰਾਜ ਕਹਿੰਦੇ ਅੱਗੇ ਵੀ ਬਹੁਤ ਕੁਝ ਆ, ਕਹਿੰਦੇ ਜੀ ਅੱਗੇ ਕੀ ਆ? ਮਹਾਰਾਜ ਕਹਿੰਦੇ ਅੱਗੇ ਤਾਂ ਬਹੁਤ ਕੁਝ ਆ, ਤੁਸੀਂ ਤਾਂ ਇੱਥੇ ਹੀ ਰੁਕ ਗਏ ਆ। ਤਾਂ ਜਿਹੜੇ ਭਗਤ ਜੀ ਸੀ ਉਹਨਾਂ ਨੇ ਪਹਿਲਾਂ ਦੇਵੀ ਦੀ ਅਰਾਧਨਾ ਕੀਤੀ ਹੋਵੇਗੀ, ਉਹ ਪ੍ਰਗਟ ਹੋਈ, ਕਹਿਣ ਲੱਗੇ ਸਾਨੂੰ ਤੁਸੀਂ ਮੁਕਤੀ ਦੀ ਦਾਤ ਦਿਓ। ਤੂੰ ਕਹੀਅਤ ਹੈ ਆਦ ਭਵਾਨੀ, ਮੁਕਤੀ ਕੀ ਬਰੀਆ ਕਾਹੇ ਛਪਾਨੀ, ਕਹਿੰਦਾ ਮੁਕਤੀ ਦੇ। ਉਹ ਕਹਿੰਦੀ ਜੋ ਮੰਗਣਾ ਮੰਗ ਲਾ, ਪਰ ਮੁਕਤੀ ਨਹੀਂ ਦੇ ਸਕਦੀ, ਮੁਕਤੀ ਮੇਰੇ ਕੋਲ ਹੈ ਨਹੀਂ, ਮੈਂ ਮੁਕਤ ਨਹੀਂ ਕਰ ਸਕਦੀ। ਕਹਿੰਦੇ ਅੱਛਾ, ਕਹਿੰਦੀ ਮੇਰੇ ਕੋਲ ਮੁਕਤੀ ਦੀ ਦਾਤ ਹੀ ਨਹੀਂ, ਜੋ ਮੰਗਣਾ ਮੰਗ ਲਾ ਤੂੰ, ਪਰ ਮੁਕਤੀ ਨਹੀਂ ਦੇ ਸਕਦੀ। ਹੁਣ ਇੱਕ ਗੱਲ ਚੇਤੇ ਕਰਿਓ, ਯਾਦ ਰੱਖਿਓ, ਮੈਂ ਟੂਕ ਮਾਤਰ ਇੱਕ ਬੇਨਤੀ ਕਰਕੇ ਜਾਣਾ ਕਿ ਜਿਹੜੇ ਤੀਰਥ ਹੈ 68 ਤੀਰਥ, ਉਹਨਾਂ ਦੇ ਨਾਲੋਂ ਗੁਰਧਾਮਾਂ ਦੇ ਤੀਰਥ ਉੱਤਮ ਕਿਉਂ ਹੈ? ਇਹਦਾ ਜਵਾਬ ਜੇ ਉੱਤਮ ਕਿਉਂ ਆ। ਹੁਣ ਇੱਕ ਪਾਸੇ ਦੇਵੀ ਦੇਵਤੇ ਉਹਨਾਂ ਨੂੰ ਖੜੇ ਕਰ ਲਓ ਆਪਣੇ ਮਨ ਵਿੱਚ, ਅਤੇ ਦੂਸਰੇ ਪਾਸੇ ਸਾਡੇ ਜਿਹੜੇ ਦਾਸ ਗੁਰੂ ਸਾਹਿਬਾਨ ਆ ਉਹਨਾਂ ਨੂੰ ਆਪਣੇ ਮਨ ਵਿੱਚ ਲੈ ਆਵੋ। ਜਦੋਂ ਤੇ ਭਗਤ ਜੀ ਨੇ ਦੇਵੀ ਕੋਲੋਂ ਮੁਕਤੀ ਮੰਗੀ, ਉਹ ਕਹਿੰਦੀ ਮੇਰੇ ਕੋਲ ਮੁਕਤੀ ਹੈ ਨਹੀਂ। ਅਤੇ ਗੁਰੂ ਨਾਨਕ ਇੱਕ ਨਗਰ ਵਿੱਚ ਜਾਂਦੇ ਨੇ, ਇਹ ਸਾਖੀ ਮੈਂ ਕੇਵਲ ਸ਼ੋਰਟ ਦੇ ਨਾਲ ਬੇਨਤੀ ਕਰਾਂਗਾ। ਇੱਕ ਬਜ਼ੁਰਗ ਆ, ਮਹਾਰਾਜ ਕਹਿੰਦੇ ਮੁਕਤ ਕਰ ਦਈਏ, ਕਹਿੰਦਾ ਮੁਕਤੀ ਕੀ ਹੁੰਦੀ ਆ? ਚਲੋ ਬਲਦ ਦੀ ਜੂਨੀ ਵਿੱਚ ਆਇਆ, ਫਿਰ ਮਹਾਰਾਜ ਕਹਿੰਦੇ ਮੁਕਤ ਕਰ ਦਈਏ, ਸਿਰ ਮਾਰਿਆ, ਸੱਪ ਦੀ ਜੂਨੀ ਵਿੱਚ ਆਇਆ, ਬੱਚਿਆਂ ਦਾ ਮੋਹ ਆਇਆ, ਪੁੱਤਰਿਆਂ ਦਾ, ਉਹਨਾਂ ਨੂੰ ਗਲਵੱਕੜੀ ਪਾਈ, ਉਸ ਤੋਂ ਬਾਅਦ ਕੁੱਤੇ ਦੇ ਰੂਪ ਵਿੱਚ ਆਇਆ, ਫਿਰ ਘਰਦਿਆਂ ਨੇ ਮਾਰ ਦਿੱਤਾ, ਫਿਰ ਕੀੜੇ ਦੇ ਰੂਪ ਵਿੱਚ ਆਇਆ। ਗੁਰੂ ਨਾਨਕ ਦੇਵ ਮਹਾਰਾਜ ਨੇ ਅੱਜ ਸਾਡੇ ਕਈ ਵੀਰ ਇਸ ਸਾਖੀਆਂ 'ਤੇ ਕਿੰਤੂ ਕਰ ਦਿੰਦੇ ਆ, ਪਰ ਸਾਡੇ ਪੁਰਾਤਨ ਸੰਤ ਮਹਾਂਪੁਰਖ ਜਿਹੜੇ ਸੀ ਨਾ, ਉਹ ਬੜੇ ਅਭਿਆਸੀ ਸੀਗੇ, ਅਭਿਆਸ ਦੇ ਨਾਲ ਬੰਦਗੀ ਅਰਾਧਨਾ ਕਰਕੇ ਉਹਨਾਂ ਨੇ ਸਾਰਾ ਕੁਝ ਇਹ ਲਿਖਿਆ ਸੀ, ਅਤੇ ਸਭ ਕੁਝ ਉਹਨਾਂ ਨੇ ਇਹ ਉਤਾਰਾ ਕੀਤਾ ਸੀਗਾ। ਜਦੋਂ ਕੀੜੇ ਨੂੰ ਮਹਾਰਾਜ ਨੇ ਕੱਢਿਆ, ਮਹਾਰਾਜ ਕਹਿੰਦੇ ਮੁਕਤ ਕਰ ਦਈਏ, ਉਹ ਕਿਚਰੇ ਕਿਚਰ ਕਰਕੇ ਕਹਿਣ ਲੱਗਾ ਮਹਾਰਾਜ ਜੂਨ ਬੜੀ ਔਖੀ ਆ, ਕਿਰਪਾ ਕਰਕੇ ਮੁਕਤੀ ਦੇ ਦੇਵੋ। ਦੇਖੋ ਇੱਧਰ ਮਹਾਰਾਜ ਬਜ਼ੁਰਗ ਦੇ, ਮਹਾਰਾਜ ਕਹਿੰਦੇ ਬਜ਼ੁਰਗਾ ਤੈਨੂੰ ਮੁਕਤ ਕਰਕੇ ਹੀ ਛੱਡਾਂਗੇ, ਆਪਾਂ ਬਾਣੀ 'ਚ ਵੀ ਬਚਨ ਪੜ੍ਹਦੇ ਹਾਂ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹੁਣ ਦੇਖ ਲਓ ਦੇਵੀ ਦੇਵਤੇ ਉਹ ਕਹਿੰਦੇ ਅਸੀਂ ਮੁਕਤ ਨਹੀਂ ਕਰ ਸਕਦੇ, ਗੁਰੂ ਨਾਨਕ ਉਹ ਕਹਿੰਦੇ ਬਜ਼ੁਰਗਾ ਭਾਵੇਂ ਤੂੰ 4 ਜੂਨਾਂ ਭੋਗ ਲਈਆਂ, ਪਰ ਤੈਨੂੰ ਮੈਂ ਮੁਕਤ ਕਰਾਂਗਾ। ਇਸੇ ਕਰਕੇ ਕਹਿੰਦੇ ਆ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਦੌੜੋ, ਮੈਂ ਕਈ ਵਾਰ ਬੇਨਤੀ ਕੀਤੀ ਆ ਵੀ ਜਿੱਥੋਂ ਤੱਕ ਜਾਣਾ ਤੁਸੀਂ ਭੱਜ ਲਓ, ਨੱਠ ਲਓ ਜਿੱਥੋਂ ਤੱਕ ਵੀ ਜਾਣਾ, ਅਖੀਰ ਇੱਥੇ ਹੀ ਆਉਣਾ ਪੈਣਾ, ਅਖੀਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਆਉਣਾ ਪੈਣਾ। ਕਿਉਂ? ਕਿਉਂਕਿ ਗੁਰਬਾਣੀ ਸਾਨੂੰ ਮੁਕਤ ਕਰੇਗੀ। ਮੁਕਤ ਆ ਜਿਹੜਾ ਉਹ ਅਖੀਰਲੀ ਮੰਜ਼ਲ ਹੈ, ਤੁਰੀ ਅਵਸਥਾ ਹੈ ਮੁਕਤ ਹੋ ਜਾਣਾ। ਇਹ ਮੁਕਤ 'ਤੇ ਆਪਾਂ ਵਿਆਖਿਆ ਨਹੀਂ ਕਰਾਂਗੇ ਕਿਉਂਕਿ ਉੱਧਰਲਾ ਆਪਣਾ ਵਿਸ਼ਾ ਨਹੀਂ। ਸੋ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨੂੰ ਮੁਕਤ ਕੀਤਾ। ਦੇਵੀ ਦੇਵਤਿਆਂ ਦੇ ਬਰਾਬਰ ਗੁਰੂ ਨਾਨਕ ਦੀ ਤੁਲਨਾ ਨਾ ਕਰਿਆ ਕਰੋ, ਸੁਣਿਓ, ਦੇਵੀ ਦੇਵਤਿਆਂ ਦੇ ਬਰਾਬਰ ਗੁਰੂ ਨਾਨਕ ਦੀ ਤੁਲਨਾ ਨਹੀਂ, ਕਿਉਂਕਿ ਗੁਰੂ ਨਾਨਕ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਉਹ ਬ੍ਰਹਿਮੰਡ ਦੇ ਮਾਲਕ ਆ, ਅਕਾਲ ਦੇ ਰੂਪ ਹੈ ਪਰਮਾਤਮਾ ਦੇ। ਹਾਂ, ਇੱਕ ਗੱਲ ਹੋਰ ਇੱਥੇ ਬੇਨਤੀ ਕਰ ਦੇਵਾਂ, ਸ਼ਰਧਾ ਦੇ ਨਾਲ ਜੇ ਗੁਰੂ ਨਾਨਕ ਨੂੰ ਹਿੰਦੂ ਨੇ ਚੇਤੇ ਕੀਤਾ, ਸੁਣਿਓ, ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ, ਘਰ ਘਰ ਬਾਬਾ ਗਾਵੀਐ ਵੱਜਣ ਤਾਲ, ਘਰ ਘਰ ਬਾਬਾ ਗਾਵੀਐ। ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਣ ਤੇ ਘਰ ਘਰ ਵਿੱਚ ਜਿੰਨੇ ਹਿੰਦੂ ਦੇ ਘਰ ਆ ਓਨੇ ਹੀ ਮੁਸਲਮਾਨ ਦੇ ਘਰ, ਜਾਹਰ ਪੀਰ ਜਗਤ ਗੁਰ ਬਾਬਾ। ਇਹ ਮੈਂ ਤਾਂ ਬੇਨਤੀ ਕੀਤੀ ਹੈ, ਸ਼ਿਵਦੱਤ ਪੰਡਿਤ ਨੇ ਕਲੰਗੀਧਰ ਪਾਤਸ਼ਾਹ ਨੂੰ ਕਿਹਾ, ਮਹਾਰਾਜ ਮੈਂ ਤਾਂ ਮੰਨਾਂਗਾ ਤੈਨੂੰ ਜੇ ਤੂੰ ਮੈਨੂੰ ਰਾਮ ਦੇ ਰੂਪ ਵਿੱਚ ਦਰਸ਼ਨ ਦੇਵੇਂਗਾ, ਕਿਉਂਕਿ ਸਰਗੁਣ ਤੇ ਨਿਰਗੁਣ ਉਹਦੇ ਰੂਪ ਹੈ। ਹੁਣ ਸਾਰਾ ਆ ਸਰਗੁਣ ਰੂਪ ਆਪਾਂ ਨੂੰ ਦਿਸ ਰਿਹਾ, ਇਹ ਕਿਹਨੇ ਬਣਾਏ ਆ? ਜਿੱਥੋਂ ਨਿਰਗੁਣ, ਜਿੱਥੇ ਕੋਈ ਰੂਪ ਨਹੀਂ, ਉੱਥੋਂ ਉਹ ਰੂਪ ਆ ਰਿਹਾ ਸਾਡਾ ਅੰਦਰਲਾ ਜਿਹੜਾ। ਆਹ ਸਰੀਰ ਕਿਸੇ ਵਿਗਿਆਨੀ ਨੇ ਨਹੀਂ ਬਣਾਇਆ, ਕਿਸੇ ਬੰਦੇ ਨੇ, ਸਾਇੰਸ ਵਾਲੇ ਨੇ ਨਹੀਂ ਬਣਾਇਆ,
एक परमात्मा जिथों सारे रूप आ रहे आ उन्हें बनाया ते गुरु गोबिंद सिंह महाराज खुद अकाल पुरख दे रूप सन। पंडित शिवदत्त कहिंदा मैं तां मन्नांगा शरदा सी कृपा कर मैनू राम दे रूप विच दर्शन दे, फिर राम दे रूप विच दर्शन दित्ते। पर जदों गल तुलना दी आउंदी आ उस वेले जिहड़े देवी देवते सी उन्हां दी आराधना ही उत्थों तक सी। इसे करके ते भजदे रहे लै भाई गुरदास नूं पुछ लो, मैं नहीं कहिंदा, भाई गुरदास जी कहिंदे चारे वेद वखाण दा चतर मुखी होए खरा सियाणा, लोकां नूं समझावण दा सुरस्ती रूप होए देख लुभाणा। ब्रह्मा लोकां नूं समझाउण वाला अपनी धी दा रूप देख के लुभाईमान हो गया। इह ते भाई गुरदास दे वचन ना, उह कित्थों कु तक है, क्योंकि इह पड़ा हुंदे ने। हुण गुरु नानक देव महाराज खुद अकाल पुरख परमात्मा दे रूप ने, वाहिगुरु दे रूप ने, देवी देवते जिहड़े ने उह मुक्ति नहीं दे सकदे, ते गुरु नानक मुक्ति दे दाते ने। अगले बचन सुनो, गुरबाणी दे बचन महाराज कहिंदे अठ सठ तीरथ देवी थापे। हुण देवी देवते मुक्ति तक नहीं पहुंचे, यह गुरबाणी ने फैसला कर दिता। तू कही तै आद भमानी भैरो भूत शीतला धावै, यह बचन गुरबाणी दे आ। तू कही तै आद भवानी, हुण देवी देवते अठ सठ तीरथ देवी थापे, जेडे वह ठाठ तीरथ आ वह तो देवियां दे थापे होए आ, पर जिहड़ा धन गुरु रामदास दा सरोवर आ ना वह मेरे पिता गुरु रामदास महाराज का थापिया होया। इत्थे विचार कर लियो, खत्म हुंदी है इत्थे विचार। देवी देवत्यां दे तीर्थां दी तुलना गुरु रामदास दे सरोवर दे बराबर ना करो, क्योंकि वह महान है सरोवर। इस करके इत्थे मैं तां बेनती करती कि नावन पुरब अपीच, गुरु रामदास महाराज कहन लगे पुरब अपीच दा इशनान करदे ने जाके, इशनान करन आपां आउणे आ, इत्थे आए हाँ, इतिहास तो नॉलेज लई किन्ना फायदा होया, किन्ना पता लग्या भी गुरु हरकृष्ण महाराज उन्होंने इत्थे चेचक की बीमारी का खात्मा किया। गुर सतगुर दर्श भया, महाराज कहन लगे भी दर्शन ही कर लो गुरु दे। हुण इत्थे एक छोटी जी बेनती होर कर देवां, साढ़े भुल्लड़ वीर बहुते इस तरह कह देंदे आ, कहिंदे दर्शन करन दा की फायदा। सुनियो बड़े कमाल दे बचन, यह गल आम तौर पर अज कही जाती है, कहिंदे जे रब की गल नहीं मननी तो दर्शन करन दा की फायदा। यह मैं भी कहना, सुनिया मनिया मन कीता भाओ अंतरगत तीरथ मल नाओ। सुनो तो मनो, यह जरूरी है, क्योंकि गुरबाणी की खोज बहुत गहराई तक जाती है, बहुत गहराई तक। जिहड़ा साधु हुंदा ना, असी किसी महापुरखां कोले गए, मेरे नाल एक सिंघ सीगा, उहने साधु कोल जाके दस्सिया, कहिंदा जी छेवीं अवस्था है, छेवें काम ना पुछै जात। तो महात्मा कहन लगा फिर दसो, कहिंदा जी छेवीं अवस्था दे विच फुरने बड़े आउंदे आ, भैड़े भैड़े फुरने, बुरे बुरे फुरने। वह महात्मा हस पिया, उन्हें यह नहीं कहा भी तेरे तो कंट्रोल नहीं हुंदा, तू कहदा सिख आ ना, वह रब दे प्यारे उत्थों तक पहुंचे हुंदे आ भी इहदी गलती नहीं गी, काम नूं मारना कोई माड़ी मोटी गल नहीं। वह हस पे कहिंदे कोई नहीं, बाणी पढ़ो, यह अवस्था यह उम्र है, इहदा भी जोर पवेगा, बाणी पढ़ो सिमरन करो। यह समझाउण दा तरीका भी ये नहीं कि इत्थे नहीं गा, भी हुण दर्शन जे कहीए दर्शन करन दा फायदा ही कोई नहीं गा, तुसी सारे दर्शन करन आउणे आ, दास आउंदा संगत आउंदी आ, कि आपां सारे ब्रह्म ज्ञानी बन गए, माफ़ी चाहुणा कि आपां सारयां ने गुरु की गल मन ली, फिर तो सारे ही ना आओ इत्थे। आप अरदासा करते हैं महाराज के चरणों में, क्योंकि इच्छा पूर्क सर्व सुख दाता हर, अरदासा तो करनिया ही है। इत्थे दर्शन करन तो अर्थ दर्शन तो ही काम शुरू होना। एक शब्द आउंदा गुरु ग्रंथ साहिब महाराज दे विच बड़ा प्यारा, क्योंकि पहली पौड़ी ते जे आपां डंडे ते पहले ते पैर नहीं रखिया ते सतवें ते किवें पहुंचांगे। जे पहले ही कट दिता भी दर्शन ही नहीं करने, फिर सतवें ते किवें पहुंचांगे, पहला दर्शन ही करने आ। गुरु दे बचन ने कहिंदे दर्शन परशन सरसन हरसन रंग रंगी करतारी रे। देखो पहला कहिंदे दर्शन कर,
ਜਦੋਂ ਦਰਸ਼ਨ ਕੀਤੇ ਫਿਰ ਪਰਸ਼ਨ ਕਰ। ਪਰਸ਼ਨ ਦਾ ਅਰਥ ਵੀ ਗੁਰੂ ਦੇ ਕੋਲੇ ਬਹਿ ਜਾ, ਮਹਾਰਾਜ ਤੂੰ ਕੀ ਕਹਿੰਦਾ ਮੈਨੂੰ ਵੀ ਸੁਣਾ, ਮੈਂ ਵੀ ਸੁਣਾ। ਫਿਰ ਸਰਸਨ, ਸਰਸਨ ਦਾ ਅਰਥ ਗੁਰੂ ਦੀ ਗੱਲ ਸੁਣੀ ਮਨ ਖਿੜ ਗਿਆ, ਮਨ ਵਿੱਚ ਚਾਓ ਪੈਦਾ ਹੋ ਗਿਆ। ਜਦੋਂ ਚਾਓ ਪੈਦਾ ਹੋ ਗਿਆ, ਦਰਸ਼ਨ ਪਰਸ਼ਨ ਸਰਸਨ ਹਰਸਨ, ਹਰਸਨ ਦਾ ਅਰਥ ਹੈ ਉਹ ਖੇੜਾ ਆ ਗਿਆ ਜਿਹਨੂੰ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ। ਹੁਣ ਚਾਰ ਸ਼ਬਦ ਆਪਣੇ ਜੀਵਨ ਵਿੱਚ ਤੁਸੀਂ ਮਤਲਬ ਕਿ ਵਸਾ ਲਵੋ। ਪਹਿਲਾ ਦਰਸ਼ਨ ਹੈ, ਦਰਸ਼ਨ ਕਰਨ ਤੋਂ ਹੀ ਮਾਫ ਕਰਨਾ, ਕਈ ਕਈ ਜਨਮ ਬਤੀਤ ਹੋ ਜਾਂਦੇ ਆ, ਦਰਸ਼ਨ ਤੋਂ ਹੀ ਬੜੇ ਜਨਮ ਲੰਘ ਜਾਂਦੇ ਨੇ। ਦਰਸ਼ਨ ਕਰਨ ਆਉਣੇ ਆ, ਦਰਸ਼ਨ ਕਰਨ ਆਉਣੇ ਆ, ਚਲੇ ਜਾਂਦੇ ਆ, ਦਰਸ਼ਨ ਨਾ ਛੱਡਿਓ, ਦਰਸ਼ਨ ਹੀ ਕਰਨੇ ਆ। ਦਰਸ਼ਨ ਤੋਂ ਪਹਿਲੀ ਹੀ ਡੰਡੇ ਤੋਂ ਫਿਰ ਸੱਤਵੇਂ ਡੰਡੇ 'ਤੇ ਪਹੁੰਚਾਂਗੇ। ਇੱਕਦਮ ਗੁਰੂ ਕੇ ਪਿਆਰਿਓ ਕੋਈ ਬ੍ਰਹਮ ਗਿਆਨੀ ਨਹੀਂ ਬਣਦਾ, ਮੰਜ਼ਿਲ ਲੰਮੀ ਹੈ। ਦਰਸ਼ਨ ਅਤੇ ਦਰਸ਼ਨ ਤੋਂ ਬਾਅਦ ਪਰਸਨ 'ਤੇ ਬੜਾ ਟਾਈਮ ਲੱਗਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਖਿਆ, ਗੁਰੂ ਗ੍ਰੰਥ ਸਾਹਿਬ ਦਾ ਗਿਆਨ, ਇਹ ਕਿਤੇ ਛੋਟੀ ਮੋਟੀ ਗੱਲ ਆ ਵੀ ਕਿਤੇ 14 ਸਾਲ 15 ਸਾਲ ਨਾ ਭਾਈ, ਇਹ ਤਾਂ ਜਨਮ ਬਤੀਤ ਹੋ ਜਾਂਦੇ ਨੇ। ਫਿਰ ਸਰਸਨ, ਫਿਰ ਆਨੰਦ ਪੈਦਾ ਹੁੰਦਾ, ਫਿਰ ਹਰਸਨ, ਫਿਰ ਉਹ ਤੁਰੀ ਅਵਸਥਾ ਤੱਕ ਪਹੁੰਚਦਾ ਬੰਦਾ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਦਰਸ਼ ਭਇਆ, ਮੈਂ ਸਤਿਗੁਰਾਂ ਦੇ ਦਰਸ਼ਨ ਕਰਕੇ ਹੀ ਮੇਰੇ 'ਤੇ ਮਾਨੋ ਕਿ ਜਿਹੜੇ ਨਾਵਨ ਪੁਰਬ ਅਭੀਚ, ਜਿਹੜਾ ਅਭੀਚ ਪੁਰਬ ਦਾ ਇਸ਼ਨਾਨ ਆ ਨਾ, ਉਹ ਤੇ ਗੁਰਾਂ ਦਾ ਦਰਸ਼ਨ ਕਰਕੇ ਹੀ ਪ੍ਰਾਪਤ ਹੋ ਜਾਂਦਾ ਹੈ। ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ। ਲੈ ਹੁਣ ਜੇ ਦਰਸ਼ਨ ਹੀ ਨਾ ਕੀਤੇ ਫਿਰ ਪਰਸਨ ਕਿਵੇਂ ਹੋਵੇਗਾ, ਤੇ ਪਰਸਨ ਨਾ ਹੋਇਆ ਸਰਸਨ ਕਿਵੇਂ ਹੋਵੇਗਾ, ਸਰਸਰ ਨਾ ਹੋਇਆ ਤੇ ਹਰਸ਼ਨ ਵਾਲੀ ਅਵਸਥਾ 'ਤੇ ਕਿਵੇਂ ਪਹੁੰਚਾਂਗੇ। ਮਹਾਰਾਜ ਕਹਿੰਦੇ ਗੁਰੂ ਦੇ ਕੋਲੇ ਆ, ਕੋਲੇ ਆਵੇਂਗਾ, ਬਾਣੀ ਨੂੰ ਸੁਣੇਗਾ। ਹਜ਼ੂਰ ਕਹਿਣ ਲੱਗੇ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ। ਜਿਹੜੀ ਸਾਡੇ ਅੰਦਰ ਦੁਰਮਤ ਖੋਟੀ ਮੈਲ ਆ ਨਾ, ਇੱਕ ਜਨਮ ਦੀ ਨਹੀਂ, ਬਹੁਤ ਜਨਮਾਂ ਦੀ, ਕਰੋੜਾਂ ਜਨਮਾਂ ਦੀ ਮੈਲ ਆ, ਇਹੀ ਮੈਲ ਤੇ ਆਵਾਗਮਨ ਦੇ ਚੱਕਰ ਵਿੱਚ ਲਈ ਆਉਂਦੀ ਆ, ਇਹੀ ਮੈਲ ਆ। ਮਰਜ ਕਹਿੰਦੇ ਦੁਰਮਤ ਮੈਲ ਹਰੀ, ਖੋਟੀ ਮੈਲ ਤੇਰੇ ਅੰਦਰੋਂ ਖਤਮ ਹੋ ਜਾਵੇਗੀ। ਔਰ ਅਗਿਆਨ ਅੰਧੇਰ ਗਿਆ, ਜਿਹੜਾ ਅਗਿਆਨ ਦਾ ਹਨੇਰਾ ਨਾ, ਉਹ ਦੂਰ ਹੋ ਜਾਵੇਗਾ। ਹੁਣ ਇੱਕ ਬੇਨਤੀ ਸੁਣਿਓ, ਹੁਣ ਜਿੰਨੇ ਆਪਾਂ ਬੈਠੇ ਹਾਂ ਸਾਰਿਆਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਦੂਰ ਤਾਂ ਨਹੀਂ ਨਾ ਹੋਇਆ, ਪਰ ਜੇ ਮੈਂ ਕਹਿ ਦੇਵਾਂ ਵੀ ਤੁਹਾਡੇ ਅੰਦਰੋਂ ਅਗਿਆਨ ਦਾ ਹਨੇਰਾ ਦੂਰ ਨਹੀਂ ਹੋਇਆ, ਤੁਹਾਨੂੰ ਕੋਈ ਫਾਇਦਾ ਨਹੀਂ ਗੁਰੂ ਘਰ ਆਉਣ ਦਾ, ਇਹ ਵੀ ਮੇਰੀ ਗਲਤੀ ਆ, ਇਹ ਗਲਤੀ ਆ। ਇੱਥੇ ਆਵੋਗੇ, ਹੁਣ ਕਈ ਇਸ ਤਰ੍ਹਾਂ ਦਾ ਸਵਾਲ ਕਰ ਦਿੰਦੇ ਨੇ, ਕਹਿੰਦੇ ਜੇ ਵਿਕਾਰ ਹੀ ਨਹੀਂ ਛੁੱਟਦੇ ਫਿਰ ਬਾਣੀ ਪੜ੍ਹਨ ਦਾ ਕੀ ਫਾਇਦਾ। ਕਿਸੇ ਨੂੰ ਕਹੀਏ ਨਾ ਬਾਣੀ ਪੜ੍ਹ ਲਾ, ਸਿਮਰਨ ਕਰ ਲਾ, ਬੰਦਗੀ ਕਰ ਲਾ, ਲੈ ਔਗੁਣ ਤੇ ਛੁੱਟਦੇ ਨਹੀਂ, ਬਾਣੀ ਤੇ ਪੜ੍ਹਨ ਦਾ ਫਾਇਦਾ ਹੀ ਕੀ ਆ। ਅਸਲ ਵਿੱਚ ਬਾਣੀ ਪੜ੍ਹਨੀ ਤਾਂ ਵੀ ਔਗਣ ਛੁੱਟ ਜਾਣ, ਜੇ ਔਗਣ ਹੀ ਛੁੱਟ ਗਏ ਤੇ ਫਿਰ ਤਾਂ ਖੇਡ ਵਰਤ ਗਈ, ਫਿਰ ਤੇ ਉੱਥੇ ਪਹੁੰਚ ਗਏ। ਸਿਮਰਨ ਕਰਨਾ ਹੀ ਤਾਂ ਜੇ ਔਗਣ ਛੁੱਟ ਜਾਣ, ਗੁਰਦੁਆਰੇ ਆਉਣਾ ਹੀ ਤਾਂ ਜੇ ਔਗਣ ਛੁੱਟ ਜਾਣ, ਜੇ ਵਿਕਾਰ ਛੁੱਟ ਜਾਣ। ਅਸੀਂ ਕਹਿੰਦੇ ਹਾਂ ਔਗਣ ਤੇ ਛੁੱਟਦੇ ਨਹੀਂ ਗੇ, ਫਿਰ ਕੀ ਫਾਇਦਾ। ਗੁਰਦੁਆਰੇ ਤਾਂ ਹੀ ਆਉਣਾ ਵੀ ਔਗਣ ਛੁੱਟ ਜਾਣ, ਤੇ ਜੇ ਪਹਿਲਾਂ ਹੀ ਕਹਿ ਦਈਏ। ਹੁਣ ਕਈਆਂ ਨੂੰ ਕਹਿੰਦੇ ਅੰਮ੍ਰਿਤ ਛਕਲਾ, ਕਹਿੰਦਾ ਮਨ ਸਾਫ਼ ਹੋਣਾ ਚਾਹੀਦਾ, ਬਜ਼ੁਰਗ ਬਹੁਤ ਇਹ ਗੱਲ ਕਹਿੰਦੇ ਨੇ ਮਨ ਸਾਫ਼ ਹੋਣਾ ਚਾਹੀਦਾ। ਨਾ ਭਾਈ, ਜਿਹੜੇ ਇਹ ਕਹਿੰਦੇ ਆ ਨਾ ਮਨ ਦੇ ਕਾਲੇ, ਜਮਾਂ ਕਾਲੇ, ਇਹ ਤਾਂ ਗੁਰੂ ਸਾਹਿਬ ਨੂੰ ਵੀ ਲਾਂਭਾ ਦੇ ਰਹੇ ਆ, ਗੁਰੂ ਸਾਹਿਬ ਦਾ ਮਨ ਗੰਦਾ ਸੀਗਾ, ਇਹ ਗਲਤ ਗੱਲਾਂ ਨੇ। ਇਉਂ ਮਹਾਰਾਜ ਕਹਿਣ ਲੱਗੇ ਅਗਿਆਨ ਅੰਧੇਰ ਗਿਆ, ਇਹ ਹੌਲੀ 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 ਕਮਾਈ ਕਰਦੇ ਜਾਓ, ਅਭਿਆਸ ਕਰਦੇ ਜਾਓ, ਬਾਣੀ ਪੜ੍ਹਦੇ ਜਾਓ, ਸੇਵਾ ਕਰਦੇ ਜਾਓ, ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਜਾਓ, ਫਿਰ ਹਿਰਦੇ ਦਾ ਅਗਿਆਨ ਆ ਨਾ ਜਿਹੜਾ, ਉਹ ਖਤਮ ਹੋ ਜਾਵੇਗਾ। ਗੁਰ ਦਰਸ ਪਾਇਆ ਅਗਿਆਨ ਗਵਾਇਆ, ਅੰਤਰ ਜੋਤ ਪਰਗਾਸੀ। ਹੁਣ ਦਰਸ਼ ਦੀ ਗੱਲ ਹੀ ਚੱਲ ਰਹੀ ਹੈ, ਕਹਿੰਦੇ ਦਰਸ਼ਨ ਕੀਤੇ ਗੁਰ ਦਰਸ਼ ਪਾਇਆ ਅਗਿਆਨ ਗਵਾਇਆ, ਅਗਿਆਨ ਦਾ ਹਨੇਰਾ ਅੰਦਰੋਂ ਦੂਰ ਹੋ ਗਿਆ, ਅੰਤਰ ਜੋਤ ਪ੍ਰਗਾਸੀ, ਹਿਰਦੇ ਵਿੱਚ ਫਿਰ ਕਹਿਣ ਲੱਗੇ ਜਿਹੜੀ ਸਾਡੇ ਹਿਰਦੇ ਵਿੱਚ ਗਿਆਨ ਦੀ ਜੋਤ ਆ ਨਾ, ਅੰਦਰ ਇੱਕ ਜੋਤ ਜਗ ਰਹੀ ਆ, ਜਿਹੜੀ ਜੋਤ ਦੇ ਦੁਆਰਾ ਅਸੀਂ ਬੋਲ ਰਹੇ ਹਾਂ, ਦੇਖ ਰਹੇ ਹਾਂ, ਤੁਰ ਰਹੇ ਹਾਂ, ਫਿਰ ਰਹੇ ਹਾਂ, ਉਹ ਜੋਤ ਦਾ ਸਾਨੂੰ ਫਿਰ ਗਿਆਨ ਹੋ ਗਿਆ,
ਉਹ ਜੋਤ ਪ੍ਰਗਟ ਹੋ ਗਈ। ਜਨਮ ਮਰਨ ਦੁੱਖ ਖਿੰਨ ਮਹਿ ਬਿਨਸੀ ਹਰ ਪਾਇਆ ਪ੍ਰਭ ਅਬਿਨਾਸੀ। ਹੁਣ ਜਨਮ ਮਰਨ ਆਵਾਗਮਨ ਦਾ ਚੱਕਰ ਆ ਜਿਹੜਾ, ਇਹ ਸਭ ਤੋਂ ਵੱਡਾ ਦੁੱਖ ਜੇ ਸੁਣਿਓ, ਸਭ ਤੋਂ ਵੱਡਾ ਦੁੱਖ ਆ ਆਵਾਗਮਨ ਦਾ ਚੱਕਰ। ਜਨਮ ਕਦੇ ਮਰਨਾ ਕਦੇ ਜਿਉਣਾ, ਕਦੇ ਮਰਨਾ ਕਦੇ ਜਿਉਣਾ। ਮਹਾਰਾਜ ਕਹਿੰਦੇ ਜਨਮ ਮਰਨ ਦੁੱਖ ਖਿੰਨਮੈ ਬਿਨਸੇ, ਇੱਕ ਪਲ ਦੇ ਵਿੱਚ ਹੀ, ਇੱਕ ਪਲ ਦੇ ਵਿੱਚ। ਪਤਾ ਕਿੱਦਾਂ, ਜਿਵੇਂ ਸਤਿਗੁਰਾਂ ਦੇ ਬਚਨ ਹੈ, ਮਹਾਰਾਜ ਕਹਿਣ ਲੱਗੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ। ਹੁਣ ਸਵਾਲ ਕਰਨ ਵਾਲਾ ਕਹਿੰਦਾ ਜੀ ਬਸ ਗੁਰੂ ਤੇ ਕਹਿੰਦਾ ਕਿਨਕਾ ਇੱਕ ਅੰਦਰ ਵਸ ਜੇ, ਜੇ ਕੋਈ ਸਿਮਰਨ ਕਰਦਾ ਨਾ, ਨਾਮ ਜਪਦਾ, ਬੰਦਗੀ ਕਰਦਾ, ਤੇ ਜਿਹਨੇ ਨਹੀਂ ਮੇਰੇ ਵਰਗੇ ਨੇ ਜਪਣਾ, ਉੱਥੋਂ ਕੁ ਤੱਕ ਉਹ ਖੜਾ। ਉਹ ਕਹਿੰਦਾ ਜੀ ਕਿਣਕਾ, ਮਹਾਰਾਜ ਨੇ ਤਾਂ ਕਿਣਕਾ ਕਿਹਾ ਵੀ ਤੇਰੇ ਅੰਦਰ ਇੱਕ ਕਿਣਕਾ ਵਸ ਜੇ, ਇੱਕ ਕਿਣਕਾ। ਤੇ ਮੈਂ ਬੇਨਤੀ ਕਰਦਾ ਉਹਨਾਂ ਭਲਿਆ, ਤੇਰੇ ਅੰਦਰ ਕਿਣਕਾ ਵਸ ਗਿਆ ਵੀ, ਤੇਰੇ ਅੰਦਰ ਕਿਣਕਾ ਵਸ ਗਿਆ। ਜਿਹੜਾ ਇਹ ਇੱਕ ਕਿਣਕਾ ਵਸਣਾ ਨਾ ਸੁਣਿਓ, ਜਿਹੜਾ ਇੱਕ ਕਿਣਕਾ, ਜਿਹੜੇ ਇੱਕ ਕਿਣਕੇ ਨੇ, ਜਿਵੇਂ ਇੱਕ ਚੰਗਿਆੜੀ ਜੰਗਲ ਨੂੰ ਸਵਾਹ ਕਰ ਦਿੰਦੀ ਆ, ਇਹ ਨਾਮ ਦਾ ਇੱਕ ਕਿਣਕਾ ਇਹ ਤਾਂ ਵਸੇਗਾ ਜੇ ਅਸੀਂ ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ। ਬੜਾ ਜਪਣਾ ਪੈਣਾ, ਬੜੀ ਅਰਾਧਨਾ ਕਰਨੀ ਪੈਣੀ ਆ। ਇੱਕ ਬੇਨਤੀ ਕਰ ਦਿੰਦਾ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਸਿਮਰਨ ਤੇ ਸੇਵਾ ਤੋਂ ਬਿਨਾਂ ਉਤਾਰਾ ਨਹੀਂ ਹੋਣਾ। ਮੈਨੂੰ ਅੱਜ ਤੱਕ ਇਸ ਗੱਲ ਦਾ ਜਵਾਬ ਨਹੀਂ ਮਿਲਿਆ, ਮੈਂ ਕਈ ਥਾਂ ਤੇ ਬੇਨਤੀ ਕੀਤੀ ਆ। ਗੁਰੂ ਰਾਮਦਾਸ ਮਹਾਰਾਜ 5-7 ਸਾਲ ਦੀ ਉਮਰ ਦੇ ਵਿੱਚ ਬਾਪੂ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਚਲ ਗਏ, ਸ਼ਰਨ ਵਿੱਚ ਗਏ। ਬਚਪਨ ਤੋਂ ਲੈ ਕੇ ਕਿਸ਼ੋਰ, ਫਿਰ ਜੁਵਾ ਜਵਾਨੀ ਆਈ, ਚੜ੍ਹਦੀ ਜਵਾਨੀ ਤੋਂ ਬਾਅਦ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਾਰਾ ਇਤਿਹਾਸ ਪੜ੍ਹ ਲਓ ਸਾਰਾ। ਚੜ੍ਹਦੀ ਜਵਾਨੀ ਤੱਕ ਜਿੰਨਾ ਚਿਰ ਗੁਰਤਾ ਗੱਦੀ ਨਹੀਂ ਮਿਲੀ, ਗੁਰੂ ਰਾਮਦਾਸ ਮਹਾਰਾਜ ਨੇ ਸਿਰ ਤੇ ਟੋਕਰੀ ਰੱਖੀ, ਮੁੱਖ ਤੋਂ ਸਤਨਾਮ ਸ੍ਰੀ ਵਾਹਿਗੁਰੂ ਦਾ ਅਜੱਪਾ ਜਾਪ ਕੀਤਾ, ਹੋਰ ਕਿਤੇ ਨਹੀਂ ਪੜ੍ਹੇ ਗੁਰੂ ਰਾਮਦਾਸ। ਸਿਰ ਤੇ ਟੋਕਰੀ ਸੀ, ਮੁੱਖ ਤੋਂ ਵਾਹਿਗੁਰੂ ਦਾ ਜਾਪ ਸੀ, ਕੋਈ ਕਿਤਾਬਾਂ ਦਾ ਗਿਆਨ ਨਹੀਂ ਸੀ। ਤੇ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਜਦੋਂ ਬਾਣੀ ਲਿਖਣ ਲੱਗੇ, 19 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਨੇ ਬਾਣੀ ਲਿਖ ਦਿੱਤੀ। ਉਹ ਗਿਆਨ ਕਿੱਥੋਂ ਆਇਆ? ਉਹ ਜਿਹੜੀ ਸਿਰ ਤੇ ਟੋਕਰੀ ਸੀ ਨਾ, ਤੇ ਰਸਨਾ ਤੇ ਵਾਹਿਗੁਰੂ ਦਾ ਜਾਪ ਸੀ। ਕਬੀਰ ਸਾਹਿਬ ਨੂੰ ਪੰਡਿਤ ਕਹਿਣ ਲੱਗੇ ਕੀ ਪੜ੍ਹਿਆ? 27 ਸਿਮਰਤੀਆਂ, 4 ਵੇਦ ਖੱਟ ਸ਼ਸਤਰ ਪੜ੍ਹਿਆ? ਕਬੀਰ ਸਾਹਿਬ ਕਹਿਣ ਲੱਗੇ ਨਹੀਂ। ਕਹਿੰਦੇ ਫੇਰ, ਕਬੀਰ ਸਾਹਿਬ ਕਹਿੰਦੇ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹਿਆ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਇੱਕ ਗੱਲ ਨੋਟ ਕਰਿਓ, ਵਾਹਿਗੁਰੂ ਦੇ ਨਾਮ ਦੇ ਅਭਿਆਸ ਤੋਂ ਬਿਨਾਂ ਵੱਡਾ ਗਿਆਨ ਹੀ ਕੋਈ ਨਹੀਂ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ, ਇਹ ਐਵੇਂ ਨਹੀਂ ਵਸਣਾ, ਪਹਿਲਾਂ ਰਸਨਾ ਤੋਂ ਲੱਖਾਂ ਦੀ ਗਿਣਤੀ ਨਾਲ ਮੂਲ ਮੰਤਰ ਤੇ ਵਾਹਿਗੁਰੂ ਦਾ ਅਭਿਆਸ ਕਰਨਾ ਪੈਣਾ। ਰਸਨਾ ਤੋਂ ਬਾਅਦ ਗਲੇ ਵਿੱਚ ਉਤਰੇਗਾ, ਇੱਥੇ ਰਸ ਆਉਣ ਲੱਗ ਪੈਂਦਾ ਗਲੇ ਵਿੱਚ, ਗਲੇ ਤੋਂ ਬਾਅਦ ਗੁਰੂ ਕੇ ਪਿਆਰਿਓ ਇਹਨੇ ਜਾ ਕੇ ਚੋਟ ਮਾਰਨੀ ਆ ਹਿਰਦੇ ਨੂੰ, ਹਿਰਦੇ ਤੋਂ ਬਾਅਦ ਜਾ ਕੇ ਨਾਭੀ ਨੂੰ ਠਕਰਾਉਣਾ। ਜਦੋਂ ਨਾਭੀ ਨੂੰ ਠਕਰਾਏਗਾ, ਉਦੋਂ ਫਿਰ ਬਚਨ ਆਉਂਦੇ ਆ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਨੋਟ ਕਰਿਓ, ਇਹ ਜਿਹੜਾ ਗਿਆਨ ਗੁਰੂ ਰਾਮਦਾਸ ਮਹਾਰਾਜ ਨੇ 19 ਰਾਗਾਂ ਵਿੱਚ ਬਾਣੀ ਉਚਾਰ ਦਿੱਤੀ, ਕਿਹੜੇ ਉਸਤਾਦ ਕੋਲੋਂ ਪੜ੍ਹੇ ਸੀ? ਸਿਰ ਤੇ ਟੋਕਰੀ ਸੀਗੀ, ਰਸਨਾ ਤੇ ਵਾਹਿਗੁਰੂ ਦਾ ਨਾਮ ਸੀ। ਹਰ ਆਪ ਕਰਤਾ ਪੁਰਬ ਕੀਆ, ਸਤਿਗੁਰੂ ਕੁਲ ਖੇਤ ਨਾਵਣ ਗਇਆ। ਕੁਲ ਖੇਤ ਦੇ ਤੀਰਥ ਤੇ ਹਜ਼ੂਰ ਗਏ ਨੇ, ਗੁਰੂ ਰਾਮਦਾਸ ਮਹਾਰਾਜ ਦੱਸ ਰਹੇ ਨੇ। ਕਹਿੰਦੇ ਉੱਥੇ ਜਾ ਕੇ ਗੁਰੂ ਸਾਹਿਬ ਨੇ ਪੰਡਤਾਂ ਨੂੰ ਉਪਦੇਸ਼ ਦਿੱਤਾ। ਮਹਾਰਾਜ ਕਹਿਣ ਲੱਗੇ, ਪੰਡਤੋ ਇੱਕ ਗੱਲ ਚੇਤੇ ਰੱਖੋ, ਜਿੰਨਾ ਚਿਰ ਬੰਦਗੀ ਨਹੀਂ ਕਰਦੇ, ਅਰਾਧਨਾ ਨਹੀਂ ਕਰਦੇ,
और मन विचो कपट छल नहीं छड़ दे उन्ना चिर गल नहीं बानी। नावन पुरब अपीच गुर सत गुर दर्श पया। जेड़ा पुरब अपीच दा तीर्थ इशनान आ ना यही आ कि सतगुरां दे दर्शन करो ते दर्शन दर्शन तो बाद बाणी पढ़ो फिर व्याख्या सुनो आप व्याख्या पढ़ो उस तो बाद उदे मुताबक अपने जीवन नू ढालो। इस करके ये लम्मी मंजिल है गुरु कृपा करे सतगुरु रहमत करना इस पावन पवित्र शब्द दी विचार आप जिवें सतगुरु गुरु हरकृष्ण महाराज कहिंदे आना खल मूर्ख ते पंडित करबो पंडित ते मुगधारी। आप कृपा करके गुरु साहब ने मेरे वर्गे मूर्ख तो अलाही बाणी दे शब्द अर्थ करवाए ने हजूर बख्शन योग। बस इको बेनती कर दिना कि भाई सिमरन करो माला पढ़ो शुभ कर्म करो सत संतोख दया विवेक ज्ञान ये शुभ गुणा नू अपने हिरदे विच लैके आवो सिमरन करो जिन्ना हुंदा थोड़ा समझ के करी चलो। वाहिगुरु दा सिमरन मूल मंत्र दा सारी गुरबाणी तुसी पढ़ लवो। कल सीसगंज साहब दास ने कथा की गुरु तेग बहादुर महाराज का शब्द आया राम भज जन्म सरात है। तो मैं सिंघां नाल विचार करन लग्या भी दसो ये अर्थ की करोंगे। चलो अर्थ हो गया ज्ञान इतों तक सीमित आ महाराज कहिंदे राम भज भी राम नू याद कर। हुण भजना की है भजना इको ही आ वाहिगुरु का अजप्पा जाप सिमरन करो तुहानू आनंद आउण लग पवेगा। अक्के होरां सिमरन कर दे अकना नहीं गा लम्मी यात्रा सिमरन ते सेवा ये दोवें अपने हिरदे विच धारण कर लवो। कोटान कोट धन्नवाद साहिब श्री गुरु ग्रंथ साहिब महाराज जी का कोटान कोट धन्नवाद। आप समुची संगत का कोटान कोट धन्नवाद। इतों के सत्कारयोग हेड ग्रंथी साहबान सिंह साहब ज्ञानी रणजीत सिंह जी और दिल्ली की प्रबंधक कमेटी और महापुरखों का धन्नवाद सारिया का धन्नवाद। देहो सज्जन असीसड़िया जहोवै साहिब स्यो मेल। हर आप करतै पुरब किया सतगुरु कुल खेत नामन गया। नामन पुरब अपीच गौर सतगुर दर्श पया। वाहे गुरु जी का खालसा वाहे गुरु जी की फतेह।